ਸਰ ਯਾਰ ਸਕੂਟਰ ਦੀ ਮੈਂ ਚਾਬੀ ਕੱਢ ਰਿਹਾ ਕਿਹੜੀ ਗੱਲ ਇੱਕ ਮਿੰਟ ਸਰ ਸੱਚ ਦਿਓ ਨਾ ਕਰ ਰਹੇ ਚਾਬੀ ਦਿਓ ਨਾ ਪਹਿਲਾਂ ਸ਼੍ਰੀ ਮੰਦਰੀਆ ਕਿਉਂ ਰਸਣ ਕਰ ਰਹੇ ਸਰ ਅਹੀਂ ਬੱਚਾ ਇੱਥੇ 7 ਸਾਲ ਦਾ ਲਿਆਈਦਾ ਤੇ ਸਾਨੂੰ ਕਾਗਜ਼ਾਂ ਦੇ ਵਿੱਚ 3 ਸਾਲ ਦਾ ਮਿਲਦਾ ਠੀਕ ਹੈ ਜੇ ਹਸਪੀਟਲ ਮਤਲਬ ਕਿ 2 ਦਿਨ ਬਾਅਦ ਉਮਰ ਘਟਾ ਵਧਾ ਸਕਦਾ ਹੈ ਤੇ ਇਹ ਹਸਪੀਟਲ ਕਾਹਦਾ ਹੈ ਮੈਮ ਐਕਸਕਿਊਜ਼ ਮੀ ਮੈਮ ਮੈਮ ਪਲੀਜ਼ ਮੈਮ ਮੈਮ ਐਕਸਕਿਊਜ਼ ਮੀ ਮੈਮ ਇਹ ਉਹ ਇਨਸਾਨ ਹੈ ਜਿਹੜੇ ਮਤਲਬ ਕਿ ਹਾਂਜੀ ਸਰ ਕੀ ਗੱਲ ਹੈ ਤੁਹਾਡੀ ਜਿਹੜੇ ਇਲਜ਼ਾਮਾਂ ਲਾਏ ਜਾ ਰਹੇ ਆ ਸਰਦਾਰ ਸਾਹਿਬ ਤੁਹਾਡੇ ਤੇ ਇਲਜ਼ਾਮਾਂ ਲਾਏ ਜਾ ਰਹੇ ਕੀ ਕਹਿਣਾ ਚਾਹੋ ਇਸ ਬਾਰੇ ਠੀਕ ਹੈ ਸਰ ਇਹ ਮਤਲਬ ਕਿ ਸਰਦਾਰ ਜੀ ਤੁਹਾਡੇ ਤੇ ਜੋ ਸਾਰੇ ਝੂਠੇ ਬੇਬੁਨਿਆਦ ਇਹ ਬਿਆਨ ਨੇ ਬੱਚਾ ਬਿਲਕੁਲ ਰਾਜੀ ਆ ਕੋਈ ਇਲਾਜ ਨਹੀਂ ਕੀਤਾ 12-13,000 ਰੁਪਏ ਸਾਡਾ ਬਿੱਲ ਬਣਾ ਦਿੱਤਾ ਕੋਈ ਇਲਾਜ 1% ਵੀ ਇਲਾਜ ਨਹੀਂ ਹੋਇਆ ਸਾਡੀ ਬੱਚੀ ਵਿਚਾਰੀ ਮਧਿਓਲੀ ਪਈ ਹੋਈ ਹੈ ਅੰਦਰ ਇਹਨਾਂ ਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਬੱਚੇ ਨੂੰ ਛੱਡ ਕੇ ਤੁਸੀਂ ਪਹਿਲੋਂ 17,000 ਰੁਪਏ ਉਹ ਵੀ ਤੁਹਾਡਾ ਬਸ ਹੱਲ ਕਰਵਾ ਦੇਗੇ 10-10 ਵਜੇ ਤੇ ਬੈਠ ਜੇ ਤੇ ਇੱਕ ਬੈਡ ਦਾ ਕਿਰਾਇਆ 3,000 ਜੀ 10-10 ਵਜੇ 3 ਬੈਠ ਜੇ ਤੇ ਇੱਕ ਬੈਡ ਦਾ ਕਿਰਾਇਆ 3,000 ਠੀਕ ਹੈ ਔਰ ਇੱਧਰ ਰੱਖੋ ਸਰਕਾਰੀ ਹਸਪਤਾਲ ਹੈ ਜਿਹੜਾ ਇਹਨਾਂ 2,500 ਇਹ ਪ੍ਰਾਈਵੇਟ ਹਸਪੀਟਲ ਹੈ ਔਰ ਮੈਂ ਤੁਹਾਨੂੰ ਇੱਕ 12 ਰੁਪਏ ਔਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ ਕਮਾਈ ਵਾਲੀ ਸ਼ਾਇਦ ਲੋਕ ਇਹ ਹਸਪੀਟਲ ਨੂੰ ਵੇਖ ਕੇ ਕਮਾਈ ਕਰਨੀ ਸ਼ੁਰੂ ਕਰਦੇ ਨੇ 1, 2, 3, 4 ਠੀਕ ਹੈ ਜੀ 4 ਬੈੱਡ ਲੱਗੇ ਸੀ ਕਿੰਨਾ ਗੈਸ ਕਰ ਸਕਦੇ ਹੋ ਕਿ ਇਸ ਬੈੱਡ ਦੇ ਉੱਪਰ ਬਹਿਣ ਦਾ ਰੈਂਟ ਕਿੰਨਾ ਹੋਏਗਾ ਤੁਹਾਡੇ ਕੋਲ ਕਿੰਨਾ ਵਸੂਲਿਆ ਜਾ ਰਿਹਾ ਸਾਡੇ ਕੋਲੋਂ 4500 ਰੁਪਇਆ ਫਜ਼ੂਲਿਆ ਜਾ ਰਿਹਾ ਮੰਨ ਲਓ ਇੱਥੇ ਪੇਸ਼ੈਂਟ ਇੱਕ ਐਡਮਿਟ ਹੈ ਨਾ ਬਾਕੀ 2 ਬੈੱਡ ਖਾਲੀ ਹੈ ਉਹ ਕਹਿੰਦੇ ਏਸੀ ਚੱਲਣਾ ਉਹਨਾਂ 2 ਦਾ ਵੀ ਤੁਹਾਨੂੰ ਪੈਣਾ ਇਟ ਮੀਨਸ 13,500 ਰੁਪਇਆ ਇਸ ਸਰਕਾਰੀ ਬੈੱਡ ਦਾ ਇਹ ਹੈ ਪ੍ਰਾਈਵੇਟ ਹੈ ਠੀਕ ਹੈ ਜੀ ਇਹ ਹੈ ਪ੍ਰਾਈਵੇਟ ਹੈ ਤੁਸੀਂ ਵੇਖ ਸਕਦੇ ਹੋ ਇਹ ਮੇਰੇ ਖਿਆਲ ਸਰਕਾਰ ਦੇ ਅੰਦਰ ਇੰਨਾ ਹੋਣਾ ਚਾਹੀਦਾ ਕਿ ਇਸ ਇੱਕ ਬੈੱਡ ਦਾ 5-5,000 ਰੁਪਇਆ 4500 ਰੁਪਇਆ ਕਾਹਦਾ ਬਿੱਲ ਲੈ ਰਿਹਾ ਤੇ ਇਹ ਸਾਡੇ ਬੱਚੇ ਮਤਲਬ ਕਿ ਅਸੀਂ ਆ ਇੱਥੇ ਹੋਸਪਿਟਲ ਦੇ ਵਿੱਚ ਰਹੇ ਹਾਂ ਅਸੀਂ ਬੱਚਾ ਇੱਥੇ 7 ਸਾਲ ਦਾ ਲਿਆਈਦਾ ਤੇ ਸਾਨੂੰ ਕਾਗਜ਼ਾਂ ਦੇ ਵਿੱਚ 3 ਸਾਲ ਦਾ ਮਿਲਦਾ ਠੀਕ ਹੈ ਜੀ ਨਾਮ ਭਾਈ ਗੌਰਵ ਹੈ ਤੇ ਗੌਰਵ ਜੀ ਕੀ ਗੱਲ ਹੋਈ ਤੁਹਾਡੇ ਨਾਲ ਗੱਲ ਮੇਰੇ ਨਾਲ ਨਹੀਂ ਹੋਈ ਗੱਲ ਮੇਰੇ ਇੱਥੇ ਮਤਲਬ ਕਿ ਮੇਰੇ ਕੋਲ NGO ਹੈ ਠੀਕ ਹੈ ਜੀ ਆਲ ਇੰਡੀਆ ਦੇ ਵਿੱਚ ਸਾਡਾ ਰਜਿਸਟ੍ਰੇਸ਼ਨ ਨੰਬਰ ਹੈ ਤੁਹਾਡਾ ਠੀਕ ਹੈ ਆਹ ਮੇਨ ਬੰਦਾ ਇਹ ਜਿਹਨੇ ਬਦਤਮੀਜ਼ੀ ਔਰ ਬਹੁਤ ਜ਼ਿਆਦਾ ਮਿਸਬਿਹੇਵ ਕੀਤਾ ਉਹ ਸਰਦਾਰ ਜਿਹਨੇ ਆਪਣੀ ਸਰਦਾਰੀ ਦਾ ਵੀ ਜਿਹੜਾ ਖਿਆਲ ਨਹੀਂ ਰੱਖਿਆ ਜਿਹੜੇ ਮਤਲਬ ਸਰਦਾਰ ਸਾਹਿਬ ਤੁਹਾਡੇ ਤੇ ਇਲਜ਼ਾਮਾਂ ਲਾਏ ਜਾ ਰਹੇ ਕੀ ਕਹਿਣਾ ਚਾਹੋ ਇਸ ਬਾਰੇ ਇਹ ਮਤਲਬ ਕਿ ਸਰਦਾਰ ਜੀ ਤੁਹਾਡੇ ਤੇ ਜੋ ਸਾਰੇ ਝੂਠੇ ਬੇਬੁਨਿਆਦ ਇਹ ਬਿਆਨ ਨੇ ਬੱਚਾ ਬਿਲਕੁਲ ਰਾਜੀ ਆ ਇਹ ਬਲੈਕਮੇਲ ਕਰ ਰਹੇ ਆ ਸਾਨੂੰ ਸਾਡੇ ਕੋਲ ਰਿਕਾਰਡਿੰਗ ਹੈਗੀਆਂ ਸਭ ਤੋਂ ਪਹਿਲਾਂ ਆਹ ਚੀਜ਼ ਇੱਕ ਨੋਟ ਕਰਿਓ
ਭਾਜੀ ਤੇ ਤੁਸੀਂ ਬੱਚੇ ਦਾ ਨਾਮ ਤੇ ਬੱਚੇ ਦੀ ਏਜ ਵੇਖੋ ਕਿੰਨੀ ਲਿਖੀ ਹੈ, ਮਾੜੀ ਜੀ ਵੇਖੋ ਪੰਦਰਾਂ ਭਾਜੀ ਭਾਜੀ ਕਿੰਨੀ ਲਿਖੀ ਹੈ ਜੀ। ਗੌਰਵ ਜੀ ਕੀ ਗੱਲ ਹੋਈ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਭਾਜੀ ਇੱਥੇ ਏਜ ਏਜ ਲਿਖੀ ਭਾਜੀ ਇੱਥੇ ਭਾਜੀ ਆ ਦੇਖਿਓ ਜੀ, ਬੱਚੀ ਦਾ ਨਾਮ ਹੈਗਾ ਵਾ ਗੁਰ ਅਦਬ ਕੌਰ, ਗੁਰ ਅਦਬ ਕੌਰ ਬੱਚੀ ਦਾ ਨਾਮ ਆ, ਫੀਮੇਲ 5 ਈਅਰ 5 ਸਾਲ। ਗੁਰਜੀਤ ਜੀ ਕੀ ਗੱਲ ਹੋਈ, ਤੁਸੀਂ ਇੱਥੇ ਪਹੁੰਚੇ ਕੀ ਗੱਲ ਰਿਜ਼ਲਟ ਬਣੇ ਆ ਵਾਕਮ ਨੇ? ਠੀਕ ਹੈ ਜੀ, ਇਹਨਾਂ ਦੀ ਬੱਚੀ 28 ਤਰੀਕ ਨੂੰ ਦਾਖਲ ਹੋਈ ਸੀ ਹਸਪਤਾਲ ਦੇ ਵਿੱਚ, 28 ਤਰੀਕ ਦਾ ਇਲਾਜ ਕੀਤਾ, ਕੋਈ ਇਲਾਜ ਨਹੀਂ ਕੀਤਾ, 12-13 ਹਜ਼ਾਰ ਰੁਪਏ ਸਾਡਾ ਬਿੱਲ ਬਣਾ ਦਿੱਤਾ, ਕੋਈ ਇਲਾਜ 1% ਵੀ ਇਲਾਜ ਨਹੀਂ ਹੋਇਆ। ਅੱਜ ਅਸੀਂ ਆਏ ਹਾਂ ਗੁਰਮਾ ਨੂੰ ਨਾਲ ਲੈ ਕੇ ਆਏ ਹਾਂ ਜੀ, ਉਹਨਾਂ ਨਾਲ ਉਹਨਾਂ ਪੁੱਛਿਆ ਜੀ ਅਸੀਂ ਇਲਾਜ ਚੱਲ ਰਿਹਾ, ਟੈਸਟ ਹੋਏ ਨੇ, ਹੁਣ ਇਲਾਜ ਸ਼ੁਰੂ ਕਰਾਂਗੇ। ਇੱਕ ਬੈੱਡ ਦਾ ਕਿਰਾਇਆ ਜੀ 4500 ਰੁਪਇਆ ਇੱਕ ਦਿਨ ਦਾ, ਵਾਰਡ ਦਾ ਨਹੀਂ ਬੈੱਡ ਦਾ ਕਿਰਾਇਆ। ਬੱਚੀ ਸਾਡੀ 5 ਸਾਲ ਦੀ ਹੈ, 1 ਮਿੰਟ ਸਰ, ਇਹਨਾਂ ਨੇ ਲਿਖਿਆ ਪਤਾ ਕੀ ਹੈ ਭਈਆ, ਮੇਨ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ, ਕੀ ਲਿਖਿਆ ਮੈਂ ਮੇਨ ਚੀਜ਼ ਤੁਹਾਨੂੰ ਦੇ ਰਿਹਾ, ਵੇਖੋ 1 ਮਿੰਟ ਸਰ, ਸਕੂਟਰ ਦੀ ਮੈਂ ਚਾਬੀ ਕੱਢ ਰਿਹਾ, ਕਿਹੜੀ ਗੱਲ, 1 ਮਿੰਟ ਸਰ, ਤੁਸੀਂ ਸੱਚ ਦਿੰਦੇ ਹੋ ਨਾ, ਚਾਬੀ ਦਿਓ ਨਾ ਪਹਿਲਾਂ, ਸ਼੍ਰੀ ਮੰਦਰਿਆ ਕਿਉਂ ਰਸਮਟ ਕਰ ਰਹੇ ਸਰ, ਕੋਈ ਰੋ ਨਹੀਂ, ਇਹ ਭਾਈ ਸਾਹਿਬ ਇਹ ਸਰਦਾਰ ਸਾਹਿਬ ਮੈਂ ਚੱਲਿਆ, ਜੋ ਤੈਨੂੰ ਕਿਹਾ ਸੀ ਮੈਂ ਚੱਲ ਰਿਹਾ ਹਾਂ, ਬੱਚੀ ਸਾਡੀ 6 ਸਾਲ ਦੀ ਆਧਾਰ ਕਾਰਡ ਤੇ ਤੁਹਾਨੂੰ ਉਤਨ ਕਰਕੇ ਦਵਾਂਗੇ, ਹਾਂ ਹਸਪੀਟਲ ਦੇ ਕੱਟੇ ਹੋਏ ਬਿੱਲ ਇੱਕ ਦੇ ਉੱਪਰ ਬਿਲਕੁਲ ਸ਼ਰਮ ਤੱਕ, ਇੱਕ ਦੇ ਉੱਪਰ 3 ਸਾਲ ਹੈ, ਮਤਲਬ ਕਿ ਸਾਡੀ 2 ਦਿਨ ਬਾਅਦ ਬੱਚੀ ਦੀ ਉਮਰ ਵੱਧ ਗਈ, ਸਾਡੀ ਬੱਚੀ ਦੀ 2 ਦਿਨ ਬਾਅਦ ਉਮਰ ਵੱਧ ਗਈ ਤੇ ਨਾਲ 2 ਦਿਨ ਬਾਅਦ ਘਟ ਵੀ ਗਈ, ਪ੍ਰੋਪਰ ਟ੍ਰੀਟਮੈਂਟ ਮਿਲ ਰਿਹਾ ਤੁਹਾਨੂੰ ਕਿ ਨਹੀਂ? ਹੋਸਪੀਟਲ ਜਾਂਦੇ ਬੱਚਾ ਸਾਡਾ, ਤੁਹਾਨੂੰ ਮੈਂ ਆਪਣੇ ਮਤਲਬ ਕਿ ਇਹਨਾਂ ਦੇ ਬੱਚੇ ਦੀਆਂ ਪਿਕਸ ਦਿਖਾਵਾਂਗਾ, ਤੁਸੀਂ ਖੁਦ ਕਹੋਗੇ, ਜਿੱਦਣ ਬੱਚਾ ਲੈ ਕੇ ਆਏ ਇੱਥੇ ਉਦਣ ਦੀਆਂ ਵੀ ਫੋਟੋਆਂ ਤੁਹਾਨੂੰ ਦਿਖਾ ਦਾਂਗੇ ਤੇ ਅੱਜ ਦੀਆਂ ਫੋਟੋਆਂ ਵੀ ਤੁਹਾਨੂੰ ਦਿਖਾ ਦਾਂਗੇ, ਹਰ ਮਾਂ ਨੂੰ ਹਰ ਪਿਓ ਨੂੰ, ਉਹਨਾਂ ਤੋਂ ਵੱਧ ਆਪਣੇ ਬੱਚੇ ਦੇ ਅੰਦਰ ਲੱਗੀਆਂ ਹੋਈਆਂ ਸੱਟਾਂ ਕੌਣ ਜਾਣ ਸਕਦਾ, ਮਾਂ ਬਾਪ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ, ਠੀਕ ਹੈ ਜੀ? ਬਿਲਕੁਲ ਬਿਲਕੁਲ, ਤੇ ਤੁਹਾਨੂੰ ਵੀ ਜਦੋਂ ਉਹ ਫੋਟੋਆਂ ਉਸ ਲੜਕੀ ਨੂੰ ਸਾਹਮਣੇ ਬੱਚੀ ਨੂੰ ਲਿਆਵਾਂਗੇ, ਤੁਸੀਂ ਵੇਖ ਕੇ ਖੁਦ ਹੀ ਕਹਿ ਦੇਣਾ ਕਿ ਇਹਨੂੰ ਵਿਚਾਰੀ ਨੂੰ ਕਿਸ ਗੱਲ ਦੀ ਪ੍ਰੋਬਲਮ ਹੈ। ਗੌਰਵ ਜੀ ਤੁਹਾਡੀ ਹੁਣ ਇਸ ਹਸਪੀਟਲ ਦੇ ਖਿਲਾਫ ਕੀ ਮੰਗ ਆ? ਸਾਡੀ ਸਰ ਮੰਗ ਇਹ ਹੈ, ਇਹਨਾਂ ਨੇ ਸਾਡੀ ਬੱਚੀ ਦੇ ਨਾਲ ਜੋ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਇਲਾਜ ਕੀਤਾ ਹੈ, ਸਹੀ ਹੋਣ ਦੀ ਬਜਾਏ ਗਲਤ ਕੀਤਾ ਹੈ, ਠੀਕ ਹੈ ਜੀ, ਅਸੀਂ ਉਹਦਾ ਉਸ ਤੋਂ ਬਾਅਦ ਅਸੀਂ ਮੈਡੀਕਲ ਸਟੋਰ 'ਤੇ ਗਏ ਹਾਂ, ਬੱਚੀ ਨੂੰ ਜਿਹੜੀ ਡੋਸ ਲੱਗਣੀ ਹੈ 2 ml ਉਹ 3 ਸਾਲ ਦੀ ਸਮਝ ਕੇ 6 ml ਲਾ ਰਹੇ ਹਾਂ, ਸਾਡੀ ਬੱਚੀ ਵਿਚਾਰੀ ਮਧਿਓਲੀ ਪਈ ਹੋਈ ਹੈ ਅੰਦਰ, ਇਹਨਾਂ ਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਮੈਡਮ ਜਾ ਰਹੇ ਹੁਣ ਕੀ ਮੰਗੀ ਆ ਭਾਜੀ? ਇਹਨਾਂ ਨੂੰ ਕੋਈ ਮਤਲਬ ਸਾਡੀ ਮੰਗ ਭਾਜੀ ਇਹ ਹਸਪੀਟਲ ਬੰਦ ਹੋਣਾ ਚਾਹੀਦਾ, ਠੀਕ ਹੈ, ਜੇ ਹਸਪੀਟਲ ਮਤਲਬ ਕਿ 2 ਦਿਨ ਬਾਅਦ ਉਮਰ ਘਟਾ ਵਧਾ ਸਕਦਾ ਹੈ ਤੇ ਇਹ ਹਸਪੀਟਲ ਕਦਾ? ਹਾਂਜੀ ਕੀ ਨਾਮ ਜੀ? ਮੇਰਾ ਨਾਮ ਰਪਾਲ ਸਿੰਘ ਹੈ, ਮੈਂ ਗੁਰਦਾਸਪੁਰ ਜਿਹੜੀ ਦੇ ਪੇਸ਼ੈਂਟ ਹੈ ਉਹਦਾ ਦਾਦਾ ਹਾਂ। ਹਾਂਜੀ ਮੈਨੂੰ ਇੱਥੇ ਰਿਸੈਪਸ਼ਨ 'ਚ ਬੈਠ ਕਹਿ ਰਹੇ ਨੇ ਕਿ ਇਸ ਬੈੱਡ ਦਾ 5000 ਕਿਰਾਇਆ ਵਾ, ਜਿਹੜੀ ਏ ਸੀ ਲਾਓਗੇ ਤਾਂ 5000 ਕਿਰਾਇਆ, ਅਗਰ ਸਰ ਇੱਥੇ ਕੁਛ ਇੱਕ ਪਾਰਟੀ ਨੇ ਇਲਜ਼ਾਮ ਲਾਏ ਨੇ ਕਿ ਇੱਕ ਉਹਨਾਂ ਨਾਲ ਮਤਲਬ ਜਿਹੜੀ ਅਣਅਧਿਕਾਰਤ ਜਿਹੜਾ ਵਾ ਕਿਰਾਇਆ ਵਸੂਲਿਆ ਜਾ ਰਿਹਾ ਵਾ, ਇੱਕ ਰੂਮ ਦੇ ਵਿੱਚ 3-3 ਬੈੱਡ ਲਾ ਕੇ
ਅਤੇ ਸਾਰਿਆਂ ਮਤਲਬ ਵੱਖਰਾ ਵੱਖਰਾ ਕਿਰਾਇਆ ਵਸੂਲਿਆ ਜਾ ਰਿਹਾ, ਤੁਹਾਡਾ ਇਸ ਬਾਰੇ ਕੀ ਕਹਿਣਾ? ਜਦੋਂ ਕੋਈ ਪ੍ਰਾਈਵੇਟ ਰੂਮ ਲੈਂਦਾ ਉਹਦੇ 'ਚ ਖਰਚਾ 6,000 ਰੁਪਇਆ ਹੁੰਦਾ ਹਰ ਇੱਕ ਹੋਸਪਿਟਲ, ਮੈਂ ਬਹੁਤ ਸਾਰੇ ਹੋਸਪਿਟਲਾਂ ਜਾਂਦਾ, ਉਹ ਸਿਰਫ ਕਿਰਾਇਆ ਜਿਹੜਾ ਬੈੱਡ ਦਾ ਨਹੀਂ ਹੁੰਦਾ, ਉਹਦੇ 'ਚ ਡਾਕਟਰ ਦੀ ਫੀਸ, ਨਰਸਿੰਗ ਫੀਸ, ਡਾਕਟਰ ਡਿਊਟੀ ਵਾਲੇ ਜੂਨੀਅਰ ਸਾਰਿਆਂ ਦੀ ਫੀਸ ਮਿਲਾ ਕੇ। ਤੁਸੀਂ ਇੱਕ ਗੱਲ ਕਹੀ ਹੈ, ਮੈਂ ਦੱਸਣਾ ਚਾਹੁੰਦਾ, ਵਾਰਡ ਦੇ ਵਿੱਚ ਜਿਹੜੇ ਬੈੱਡ ਹੁੰਦੇ ਨੇ ਉਹਦੇ ਵਿੱਚ ਸਾਰੀ ਫੀਸ ਬੈੱਡ ਦਾ ਚਾਰਜਿਸ 1,000-1,500 ਹੁੰਦਾ, ਬਾਕੀ ਡਾਕਟਰ ਵਿਜ਼ਿਟ ਜਿਹੜੇ ਕਰਦੇ, ਜਿਸ ਤਰ੍ਹਾਂ ਮੈਂ ਵਿਜ਼ਿਟ ਕਰ ਰਿਹਾ, ਮੇਰੀ ਫੀਸ ਹੈ, ਜਾਂ ਨਰਸਿੰਗ ਸਟਾਫ ਜਿਹੜਾ ਸੇਵਾ ਕਰ ਰਿਹਾ, ਉਹ ਸਾਰੇ ਮਿਲਾ ਕੇ ਚਾਰਜਿਸ ਦੱਸੇ ਜਾਂਦੇ ਨੇ। ਸੋ ਇਹਦੇ 'ਚ ਇਹ ਨਹੀਂ ਹੁੰਦਾ ਕਿ ਬੈੱਡ ਦੇ ਚਾਰਜਿਸ ਨੇ ਸੈਪਰੇਟ। ਪਰ ਜਿਹੜੀ ਸੰਬੰਧਿਤ ਡਾਕਟਰ ਸਾਹਿਬ, ਜਿਹੜੀ ਸੰਬੰਧਿਤ ਪਾਰਟੀ ਹੈ, ਉਹਦਾ ਕਹਿਣਾ ਹੈ ਕਿ 4,500 ਰੁਪਇਆ ਇੱਕ ਬੈੱਡ ਦਾ ਵਸੂਲਿਆ ਜਾ ਰਿਹਾ ਵਾ। ਵੇਟ, ਲੈਟ ਮੀ ਫਿਨਿਸ਼ ਪਲੀਜ਼। 4,500 ਰੁਪਇਆ ਇੱਕ ਬੈੱਡ ਦਾ ਵਸੂਲਿਆ ਜਾ ਰਿਹਾ, ਉਹ ਕਹਿੰਦੇ ਅਗਰ ਨਾਲ ਦੇ ਬੈੱਡ 'ਤੇ ਕੋਈ ਪੇਸ਼ੈਂਟ ਆਇਆ ਬੈਲੈਂਡ ਕੋਲ, ਨਹੀਂ ਤੁਹਾਨੂੰ 5,000 ਰੁਪਇਆ ਭਰਨਾ ਪਏਗਾ। ਔਰ ਇਹਦੇ ਵਿੱਚ ਦੱਸੋ, ਦੇਖੋ ਤੁਸੀਂ ਬਹੁਤ ਪੁਰਾਣੇ ਸੀਨੀਅਰ ਡਾਕਟਰ ਦੇ, ਇੱਕ ਜਿਹੜੀ ਵਾਰਡ ਹੁੰਦੀ ਸਰ, ਪਲੀਜ਼ ਲੈਟ ਮੀ ਫਿਨਿਸ਼, ਮੇਰਾ ਸਵਾਲ ਪੂਰਾ ਹੋ ਲੈਣ ਦਿਓ। ਇੱਕ ਵਾਰਡ ਹੁੰਦੀ ਆ, ਆਪਾਂ ਸਰਕਾਰੀ ਹੋਸਪਿਟਲਾਂ ਦੇ ਵਿੱਚ ਜਾਂਦੇ ਹਾਂ, ਵਾਰਡ ਦੇ ਵਿੱਚ 6-6, 7-7 ਬੈੱਡ ਲੱਗੇ ਹੁੰਦੇ ਕਾਫੀ ਦੂਰੀ 'ਤੇ, ਜਦੋਂ ਕਿ ਤੁਹਾਡੇ ਕਮਰਾ ਵਾ ਛੋਟੇ ਕਿੰਨੇ ਕਮਰੇ ਆ, ਉਹਦੇ ਵਿੱਚ 4-4 ਬੈੱਡ ਲਾ ਕੇ ਆਪਾਂ ਕੀ ਉਹਨੂੰ ਵਾਰਡ ਦਾ ਰੂਪ ਦੇ ਸਕਦੇ ਹਾਂ? ਦੇਖੋ ਹੈਗਾ, ਜਦੋਂ ਜਿਹੜੇ ਪ੍ਰਾਈਵੇਟ ਹੋਸਪਿਟਲ ਉਹਨਾਂ ਦੇ ਵਿੱਚ ਵਾਰਡ ਇਸ ਤਰ੍ਹਾਂ ਹੀ 2-3 ਬੈੱਡ ਲੱਗੇ ਹੁੰਦੇ ਨੇ, ਇਸ ਤਰ੍ਹਾਂ ਹੀ ਇੱਥੇ ਵੀ ਲੱਗੇ ਹੋਏ ਨੇ, ਔਰ ਉਹਦੇ ਵਿੱਚ ਇਕੱਲੇ ਬੈੱਡ 'ਚ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ, ਬੈੱਡ ਚਾਰਜਿਸ ਤਾਂ 1,500-2,000 ਹੁੰਦੇ ਨੇ। ਜਿਸ ਤਰ੍ਹਾਂ ਕੋਈ, ਮੈਂ 30 ਸਾਲ ਦਾ ਐਕਸਪੀਰੀਅੰਸ ਡਾਕਟਰ ਹੈ, ਮੇਰੀ ਫੀਸ ਜਿਸ ਤਰ੍ਹਾਂ ਮੈਂ ਇੱਕ ਪੇਸ਼ੈਂਟ ਨੂੰ 2-3 ਵਾਰੀ ਦਿਨ 'ਚ ਦੇਖ ਰਿਹਾ, ਉਹਦੇ 'ਚ ਮੈਂ 1,000 ਰੁਪਏ ਜਾਂ 1,500 ਰੁਪਏ ਫੀਸ ਲੱਗਦੀ ਹੈ, ਨਰਸਿੰਗ ਸਟਾਫ ਦੀ ਫੀਸ ਲੱਗਦੀ, ਸਾਰਾ ਮਿਲਾ ਕੇ ਜਿਹੜਾ ਖਰਚਾ 4,000 ਹੋ। ਤੁਸੀਂ ਡਾਕਟਰ ਸਾਹਿਬ, ਮੈਂ ਜਾਣਦਾ ਨੌਨ ਏ ਸੀ ਵੀ ਉਹ ਬੰਦਾ ਇੱਕ ਹੈਗਾ, ਉਹ ਬੈੱਡ ਦੇ ਰਿਹਾ ਕਿ 3,000 ਰੁਪਇਆ ਸਾਡੇ ਕੋਲ ਇੱਕ ਬੈੱਡ ਦਾ ਲਿੱਤਾ ਜਾ ਰਿਹਾ ਨੌਨ ਏ ਸੀ। ਪਹਿਲਾਂ ਵੀ ਦੱਸ ਰਿਹਾ ਮੈਂ ਕਿ ਸਿਰਫ ਬੈੱਡ ਚਾਰਜਿਸ ਨਹੀਂ ਨੇ, ਉਹਦੇ 1,500 ਰੁਪਏ ਸਿਰਫ ਬੈੱਡ ਚਾਰਜ। ਅੱਛਾ, ਇੱਕ ਚੀਜ਼ ਸਰ, ਜਿਹੜਾ ਤੁਹਾਡਾ ਹੋਸਪਿਟਲ ਆ, ਇਹ ਸਰਕਾਰੀ ਆ ਕਿ ਗੈਰ ਸਰਕਾਰੀ ਆ? ਡੈਫੀਨੇਟਲੀ ਪ੍ਰਾਈਵੇਟ ਹੋਸਪਿਟਲ, ਪ੍ਰਾਈਵੇਟ ਹੋਸਪਿਟਲ ਨਾ, ਲੇਕਿਨ ਉੱਥੇ ਇੱਕ ਬੋਰਡ ਲੱਗਾ ਵਾ ਸਰਕਾਰੀ ਦਾ, ਜਿਹੜਾ ਮਤਲਬ ਚੈਰੀਟੇਬਲ ਦਾ, ਉਹਦੇ ਵਿੱਚ ਉਹ ਪਾਰਟੀਆਂ ਕਹਿ ਰਹੀਆਂ। ਇੱਕ ਹੋਰ ਗੱਲ ਹੈ ਕਿ ਇੱਕ ਬੱਚੀ ਇੱਕ ਐਡਮਿਟ ਹੋਈ ਆ, ਉਹਦੀ ਉਮਰ 6 ਸਾਲ ਆ ਜਾਂ 7 ਸਾਲ ਆ, ਉਹਦੇ ਵਿੱਚ ਉਹਨੂੰ ਮਤਲਬ 3 ਸਾਲ ਦੀ ਦੱਸਿਆ ਜਾ ਰਿਹਾ, ਕਿਤੇ ਰਿਪੋਰਟਾਂ 'ਚ ਕਿਤੇ 6 ਸਾਲ ਦੱਸਿਆ ਰਿਹਾ। ਮੈਂ ਉਹਦੇ 'ਚ ਦੱਸਣਾ ਚਾਹਾਂ, ਬੱਚੀ ਦੀ ਉਮਰ 3.5 ਸਾਲ ਹੈ, ਜੋ ਉਹਨਾਂ ਨੇ ਡੇਟ ਆਫ ਬਰਥ ਦੱਸੀ ਉਹਦੇ ਹਿਸਾਬ ਨਾਲ ਹੀ ਏਜ ਕੈਲਕੂਲੇਟ ਹੋਏਗੀ। ਮਤਲਬ ਤੁਸੀਂ ਡਾਕਟਰ ਸਾਹਿਬ, ਤੁਸੀਂ ਆਪਣੇ ਤੇ ਲਾਏ ਹੋਏ ਦੋਸ਼ਾਂ ਨੂੰ ਨਕਾਰਦੇ ਜੇ ਜਿਹੜੇ ਉਹਨਾਂ ਦਾ ਦੋਸ਼ ਲਾਏ? ਬਿਲਕੁਲ ਜੀ, ਬਿਲਕੁਲ, ਅਸੀਂ ਜੈਨੂਅਨਲੀ, ਮੈਂ 30 ਸਾਲ ਤੋਂ ਸੇਵਾ ਕਰ ਰਿਹਾ ਸਾਰੇ ਅੰਮ੍ਰਿਤਸਰ ਦੇ ਵਿੱਚ, ਮੇਰਾ ਇੱਕ ਅੱਛਾ ਨਾਮ ਹੈ, ਪਰ ਇਹ ਬੇਬੁਨਿਆਦ ਜਿਹੜੇ ਮੇਰੇ 'ਤੇ ਇਲਜ਼ਾਮ ਲਾਏ ਜਾ ਰਹੇ ਨੇ, ਮੈਨੂੰ ਜਿਹੜਾ ਸਮਝ ਲਓ ਬਦਨਾਮ ਕਰਨ ਲਈ, ਮੈਂ ਉਹ ਬਿਲਕੁਲ ਨਕਾਰ ਰਿਹਾ। ਅੱਛਾ, ਹੁਣ ਜਿਹੜੀ ਪੁਲਿਸ ਡਿਪਾਰਟਮੈਂਟ ਵੀ ਇੱਥੇ ਆਇਆ ਸੀ, ਕੀ ਹੁਣ ਤੁਹਾਡੀ ਕੀ ਗੱਲਬਾਤ ਹੋਈ ਇਹਨਾਂ ਨਾਲ? ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਜੀ, ਤੁਸੀਂ ਉਹਨਾਂ ਨੂੰ, ਪਾਰਟੀ ਨੂੰ ਇਹ ਕਿਹਾ, ਤੁਸੀਂ ਆਪਣਾ ਰਿਟਰਨ ਕੰਪਲੇਂਟ ਦੇ ਦਿਓ, ਅਤੇ ਡਾਕਟਰ ਸਾਹਿਬ ਵੀ ਆਪਣਾ ਸਾਡੇ ਨਾਲ ਰਿਟਰਨ ਕੰਪਲੇਂਟ ਦੇ ਦੇਣਗੇ, ਜੋ ਵੀ ਇਹਨਾਂ ਦਾ ਡਿਫੈਂਸ ਹੈ ਉਹ ਅਸੀਂ ਉਹਨੂੰ ਸੋਲਵ ਕਰ ਦਿਆਂਗੇ। ਮਤਲਬ ਯੂ ਸ਼ੁੱਡ ਟੇਕ ਦਾ ਕੰਪਰੋਮਾਈਜ਼ ਦਿਸ ਪਾਰਟੀ ਰਾਈਟ ਨੋ? ਨਹੀਂ, ਵੀ ਆਰ ਨੋਟ ਡੂਇੰਗ ਐਨੀ ਕੰਪਰੋਮਾਈਜ਼, ਬਿਕੋਜ਼ ਅਸੀਂ ਕੋਈ ਗਲਤੀ ਨਹੀਂ ਕੀਤੀ, ਅਸੀਂ ਆਪਣੇ ਇੱਕ ਚਾਰਜਿਸ ਮੰਗਿਆ, ਮੇਰੀ 30 ਸਾਲ ਦਾ ਐਕਸਪੀਰੀਅੰਸ ਹੈ, ਮੈਂ ਉਹਦੇ ਮੁਤਾਬਕ ਅਗਰ ਕੋਈ ਫੀਸ ਚਾਰਜ ਕਰਦਾ ਹੈ ਤਾਂ ਉਹ 'ਚ ਮੈਂ ਕੋਈ ਗੁਨਾਹ ਨਹੀਂ ਕਰ ਰਿਹਾ। ਮਤਲਬ ਕਿ ਤੁਸੀਂ ਆਪਣੇ 'ਤੇ ਲਾਏ ਦੋਏ ਦੋਸ਼ਾਂ ਨੂੰ ਪੂਰਨ ਤੌਰ 'ਤੇ ਨਕਾਰਦੇ ਜੇ? ਕਿਆ ਹੈ ਹੀ ਉਹ 'ਚ ਗਲਤ ਹੈ, ਹੈ ਹੀ ਗਲਤ। ਹੁਣ ਇੱਕ ਬੱਚੇ ਦਾ ਜੋ ਡੇਟ ਆਫ ਬਰਥ ਦੱਸਣਗੇ ਉਹਦੇ ਹਿਸਾਬ ਨਾਲ ਹੀ ਏਜ ਦੱਸਾਂਗੇ। ਜਿਹੜੇ ਸਰ ਤੁਹਾਡੇ ਰੂਮਸ ਨੇ ਉਹਦਾ ਦੇ ਵਿੱਚ ਬੈੱਡ ਦਾ ਜਿਹੜਾ ਡਿਸਟੈਂਸ ਬਹੁਤ ਜ਼ਿਆਦਾ ਘੱਟ ਆ, ਜਦੋਂ ਕਿ ਵਾਰਡ ਦੇ ਵਿੱਚ ਘੱਟੋ ਘੱਟ 3-3, 4-4 ਫੀਟ ਦਾ। ਇਸ ਤਰ੍ਹਾਂ ਮੇਰੇ ਕੋਲ ਪੇਸ਼ੈਂਟਸ ਦਾ ਨੰਬਰ ਜੇ ਜ਼ਿਆਦਾ ਹੈਗਾ, ਲੋਕ ਆ ਕੇ ਇਲਾਜ ਕਰਾਉਂਦੇ ਨੇ, ਉਹ ਦੇਖ ਕੇ ਕਰਾਉਂਦੇ ਨੇ, ਜੇ ਉਹਨਾਂ ਦੀ ਸੈਟਿਸਫੈਕਸ਼ਨ ਹੈ ਤਾਂ ਕਰਾ ਰਹੇ ਨੇ। ਤੁਹਾਡੇ ਐਮਰਜੈਂਸੀ ਆਫਿਸਰ ਕਰਨ ਜੀ ਨਾਲ ਗੱਲ ਕੀਤੀ ਆ, ਉਹ ਮਤਲਬ ਜਦੋਂ ਮੈਂ ਪੁੱਛਿਆ ਵੀ ਇਹ ਹੋਸਪਿਟਲ ਸਰਕਾਰੀ ਗੈਸਕਾਰੀ, ਉਹਨਾਂ ਨੇ ਇੱਕਦਮ ਚੁੱਪੀ ਸਾਧ ਲਈ, ਇਹਦਾ ਕੀ ਕਾਰਨ? ਉਹਨਾਂ ਨੇ ਕਿਉਂ, ਤੁਹਾਡੇ ਸਾਹਮਣੇ ਕਲੀਅਰ ਹੈ ਕਿ ਸਰਕਾਰੀ ਹੈ ਕਿ ਗੈਰ ਸਰਕਾਰੀ, ਕੋਈ ਡਾਊਟ ਥੋੜ੍ਹੀ? ਥੈਂਕ ਯੂ।